ਇਹ ਠੀਕ ਚੀਜ਼ ਹੈ, ਇਹ ਹਿੰਦੂ ਧਰਮ ਦਾ ਇੱਕ ਹਿੱਸਾ ਹੈ, ਪਰ ਸਿੱਖਾਂ ਦੇ ਵਿੱਚ ਯੋਗਾ ਨੂੰ ਸਾਡੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਗੁਰੂਆਂ ਨੂੰ ਨੇ ਇਸ ਨੂੰ ਖੰਡਨ ਕੀਤਾ। ਸਾਡੀ ਸਿੱਖੀ ਦੇ ਵਿੱਚ ਸਾਡੀ ਮਾਨਸਿਕ ਸ਼ਕਤੀ ਤਕੜੀ ਹੋਣੀ ਚਾਹੀਦੀ ਹੈ ਅਤੇ ਸਰੀਰ ਵੀ ਤਕੜਾ ਹੋਣਾ ਚਾਹੀਦਾ, ਕਿਉਂ ਕਰਕੇ ਅਸੀਂ ਦੁਸ਼ਮਣ ਦਾ ਸਾਹਮਣਾ ਕਰਨਾ। ਅਤੇ ਯੋਗੇ ਦੇ ਨਾਲ ਇੱਕ ਤਾਂ ਹੋਮੇ ਵੱਧ ਜਾਂਦੀ ਹੈ, ਇੱਕ ਦਇਆ ਨਹੀਂ ਹੁੰਦੀ ਇਹਨਾਂ ਲੋਕਾਂ ਦੇ ਵਿੱਚ। ਇਸ ਕਰਕੇ ਮੋਦੀ ਸਾਹਿਬ ਨੇ 2002 ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨ ਕਤਲ ਕਰਾ ਤੇ, ਉਹਨਾਂ ਦੀ ਬੀਬੀਆਂ ਦੇ ਉੱਤੇ ਜਬਰ ਜਨਾਹ ਕਰਕੇ ਵੀਡੀਓਗ੍ਰਾਫੀ ਕਰਾਈ। 2013 ਦੇ ਵਿੱਚ ਮੋਦੀ ਸਾਹਿਬ ਨੇ 60,000 ਸਿੱਖਾਂ ਨੂੰ, ਜ਼ਿਮੀਂਦਾਰਾਂ ਨੂੰ ਗੁਜਰਾਤ ਦੇ ਵਿੱਚੋਂ ਜ਼ਮੀਨ ਉਹਨਾਂ ਦੀ ਖੋਹ ਕੇ ਉਹਨਾਂ ਦੀ ਨਸਲੀ ਸਫਾਈ ਕਰ ਦਿੱਤੀ। ਹੁਣ ਜਿਹੜੇ ਰਾਮਦੇਵ ਬਾਬੂ ਹੈ, ਜਿਹੜੇ ਐਕਸਪਰਟ ਹੈ ਯੋਗਾ ਦੇ, ਉਹਨਾਂ ਨੇ ਕਿਹਾ ਜਿਹੜਾ ਭਾਰਤ ਮਾਤਾ ਦੀ ਜੈ ਨਹੀਂ ਕਹੂਗਾ ਉਹਦੇ ਮੈਂ ਸਿਰ ਲਾ ਦੂੰਗਾ, ਕਲਮ ਕਰ ਦੂੰਗਾ। ਹੁਣ ਇਹੋ ਜਿਹੇ ਜਿਹੜੇ ਰਾਕਸ਼ਸ ਹੈ ਪੈਦਾ ਕਰਦੀ ਹੈ ਯੋਗਾ, ਇਹਨਾਂ ਦੇ ਵਿੱਚ ਦਇਆ ਨਹੀਂ, ਕਿੰਨੀਆਂ ਫਜ਼ੂਲ ਗੱਲਾਂ ਕਰਦੇ ਹੈ। ਜਾਂ ਤਾਂ ਹੋਏ ਨਾ ਕਿ ਇਹਨਾਂ ਨੂੰ ਮਨੁੱਖਤਾ ਦਾ ਡਰ ਹੋਵੇ, ਉਹਨਾਂ ਦੇ ਨਾਲ ਸਹਿਮਤੀ ਹੋਵੇ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੋਵੇ। ਹੁਣ UP ਦੇ ਇਲੈਕਸ਼ਨਸ ਹੋ ਰਹੇ ਹੈ, ਉੱਥੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਅਲੱਗ BJP ਕਰ ਰਹੀ ਹੈ। ਮੇਰਾ ਮਤਲਬ ਜੇ ਤੁਸੀਂ ਯੋਗਾ ਕਰਦੇ, ਤੁਸੀਂ ਇਹੋ ਜਿਹੇ ਮੁਸਲਮਾਨ ਅਤੇ ਜਦੋਂ ਤੁਸੀਂ ਇੱਡੀ ਵੱਡੀ ਕੰਟਰੀ 'ਤੇ ਰੂਲ ਕਰਦੇ ਹੋ, ਹਿੰਦੂਆਂ 'ਚ ਫਰਕ ਕੀ ਹੈ? ਕੌਨਸਟੀਟਿਊਸ਼ਨ ਤਾਂ ਕਹਿੰਦੀ ਹੈ ਕਿ ਸਾਰੇ ਇਕੁਅਲ ਹੈ ਬਿਫੋਰ ਦ ਲੋ, ਪਰ ਜਦ ਇਹ ਮੋਦੀ ਅਤੇ ਪਹਿਲਾਂ ਕਾਂਗਰਸ ਵੀ ਇਸ ਤਰ੍ਹਾਂ ਕਰਦੀ ਰਹੀ ਹੈ ਕਿ ਇਹ ਇਲੈਕਟਰਲ ਪੋਲੀਟਿਕਸ ਮਜ਼ਹਬ ਦੇ ਉੱਤੇ, ਕਾਸਟ ਦੇ ਉੱਤੇ ਇਹ ਕਰਦੇ ਹੈਗੇ ਆ। ਸੋ ਮੈਂ ਨਹੀਂ ਸਮਝਦਾ ਯੋਗਾ ਇਹ ਕੋਈ ਸਾਡੀ ਬਿਹਤਰੀ ਦੇ ਲਈ ਨਹੀਂ ਹੈ।